ਤਾਂ ਜੀ ਸਵਾਗਤ ਅੱਜ ਦੇ ਵਲੌਗ 'ਚ, ਔਰ ਤੁਸੀਂ ਥੰਬਨੇਲ ਤਾਂ ਵੇਖ ਚੁੱਕੇ ਹੋ ਸਮਝ ਗਏ। ਔਰ ਅੱਜ ਪ੍ਰਭ ਦਾ ਜਨਮ ਦਿਨ, ਔਰ ਸਾਡੇ ਇਕੱਠਿਆਂ ਦੇ ਜਨਮ ਦਿਨ, ਕੁਝ ਕੁ ਦਿਨ ਦਾ ਗੈਪ, ਫਰਕ ਕੁਝ ਕੁ ਦਿਨ ਦਾ ਗੈਪ, ਅਤੇ ਮੈਂ ਕਿਹਾ ਚਲੋ ਚੱਲਦੇ ਹਾਂ, ਨਾਲੇ ਉਹਦਾ ਬਰਥਡੇ ਸੈਲੀਬ੍ਰੇਟ ਹੋ ਜੂ, ਲਾਈਕ ਉਹਨਾਂ ਨੇ ਘਰ ਕਰਨੀ ਮੀਟਿੰਗ ਬੰਦਗੀ, ਠੀਕ ਆ, ਔਰ ਫਿਰ ਉੱਥੇ ਕੇ ਵਗੈਰਾ ਹੋ ਜੂ। ਅਸੀਂ ਹੋਰ ਵੀ ਕਈਆਂ ਨੇ ਕੁਝ ਡਿਸਾਈਡ ਕੀਤਾ, ਮੰਮੀ ਨੇ ਇਲਾਜ ਕੀਤਾ, ਮੈਂ ਕੁਝ ਇਲਾਜ, ਪਰ ਮੈਂ ਕਿਹਾ ਉਹਦੇ ਵਾਸਤੇ ਕੁਝ ਅਲੱਗ ਲਵਾਂ, ਲਾਈਕ ਪੈਂਟ ਵਗੈਰਾ, ਪੈਂਟ ਸ਼ਰਟ, ਔਰ ਕੁਝ ਇੱਦਾਂ ਦਾ, ਅਤੇ ਮੈਂ ਆ ਚੁੱਕਾ ਵਾਂ, ਦੇਖਦੇ ਹਾਂ, ਲੈਂਦੇ ਹਾਂ। ਔਰ ਤੁਹਾਨੂੰ ਪਤਾ ਦੁਕਾਨ 'ਤੇ ਤਾਂ ਟਾਈਮ ਲੱਗਦਾ ਨਹੀਂ ਯਾਰ, ਦੁਕਾਨ 'ਤੇ ਹੁੰਦਾ ਵਾਂ, ਅਤੇ ਹੁਣ ਦੁਪਹਿਰ ਹੋਈ ਹੈ, ਮੈਂ ਕਿਹਾ ਚਲੋ ਹੁਣ ਜਾਂਦਾ, ਨਾਲੇ ਸ਼ੋਪ ਹੋ ਜੂ, ਵੈਸੇ ਦੁਕਾਨ ਮੈਨੂੰ ਲੱਗਦਾ ਭੀੜ ਕਾਫੀ ਹੈ, ਫਿਰ ਵੀ ਪਤਾ ਕਿਸੇ ਨਾ ਜਾ ਕੇ ਲੈ ਕੇ ਚੱਲਦੇ ਹਾਂ, ਚੱਲਦੇ ਹਾਂ ਦੁਕਾਨ, ਉਸ ਤੋਂ ਬਾਅਦ ਕਰਾਂਗੇ ਆਪਣੀ ਅਗਲੀਆਂ ਗੱਲਾਂ ਬਾਤ, ਠੀਕ ਆ, ਚੱਲਦੇ ਹਾਂ, ਨਾਲ ਤੁਹਾਨੂੰ ਮੈਂ ਦੁਕਾਨ ਹੋਣਾ ਕਿਹੜੀ ਹੈ। 30 minutes later. ਤਾਂ ਹਾਂਜੀ ਸਵਾਗਤ ਆ ਫਿਰ, ਠੀਕ ਆ, ਫਸਟ ਆਫ ਆਲ ਪਹਿਲਾਂ ਤਾਂ ਵੇਖ ਲਓ, ਠੀਕ ਆ, ਲੈ ਚੁੱਕਾ, ਚੱਲਦੇ ਹਾਂ, ਇਹਨੂੰ ਪੈਕਿੰਗ ਵੀ ਕਰਾਉਣੀ ਆ, ਪਹਿਲਾਂ ਬਿਠਾ ਲਾ ਘਰਦੇ ਨੂੰ, ਅਤੇ ਵੀ ਯਾਰ ਠੀਕ ਆ, ਉਹਨਾਂ ਨੂੰ ਪਸੰਦ ਆ ਫੀਲ, ਘਰ ਲੈ ਕੇ ਚੱਲੋ, ਬੈ ਅਸੀਂ ਸਟਿਚਿੰਗ ਕਰਾ ਲਾਂਗੇ, ਰੈਪਿੰਗ, ਠੀਕ ਆ, ਨਾਲੇ ਸ਼ੋਰ ਹੋ ਜੂਗਾ ਮੈਨੂੰ ਵੀ, ਚਲੋ ਵੈਸੇ ਤੁਹਾਨੂੰ ਪਤਾ ਆਪਣੀ ਚੋਇਸ ਹੈ, ਪਰ ਫਿਰ ਵੀ ਘਰਦੇ ਨੂੰ ਕਰੇ ਕੰਫਰਮ ਕਰ ਲਾ, ਚੱਲਦੇ ਗਰਮੀ ਬਹੁਤ ਹੋ ਜਾਂਦੀ, ਇੱਥੇ ਤਾਂ ਖੜਾ ਨਹੀਂ ਜਾਂਦਾ। ਫਸਟ ਆਫ ਆਲ ਪਹਿਲਾਂ ਤਾਂ ਮੈਂ ਆ ਚੁੱਕਾ ਸ਼ੋਪ 'ਤੇ, ਠੀਕ ਆ, ਆਪਣੀ ਸਿਲੈਕਟ ਹੋ ਗਿਆ ਵਾ, ਠੀਕ ਆ, ਮੈਂ ਤੁਹਾਨੂੰ ਦਿਖਾਇਆ ਨਹੀਂ ਹੈਗਾ, ਇਹ ਰੱਬ ਦੇ ਕੋਲ ਵਿਖਾਊਂਗਾ, ਠੀਕ ਆ, ਅਤੇ ਆਹ ਮੈਂ ਹੁਣ ਕਰਾਉਣਾ ਹੈ ਪੈਕਿੰਗ, ਇਹਨਾਂ ਦੋਵਾਂ 'ਚੋਂ ਕਿਹੜੀ ਖਾਣਾ, ਆਹ ਕਰ ਦਿਉ, ਆ ਜਾਓ, ਠੀਕ ਆ, ਅਤੇ ਬਾਕੀ ਜਲ ਕੇ ਵਿਖਾ ਦੂੰਗਾ ਘਰ, ਠੀਕ ਆ, ਅਤੇ ਕਿੱਦਾਂ ਲੱਗਾ ਤੁਹਾਨੂੰ, ਮੈਨੂੰ ਆਹ ਸੀਗਾ ਪਰ ਮੈਂ ਕਹਿੰਦੀ ਟਾਈਟ ਹੋ ਗਿਆ, ਆਹ ਸੋਹਣਾ ਲੱਗਦਾ। ਤਾਂ ਪਹਿਲਾਂ ਤੁਹਾਨੂੰ ਮੈਂ ਦੱਸਾਂ, ਟਾਈਮ ਹੋ ਚੁੱਕਾ 6:30 ਦਾ, ਔਰ ਮੋਟਾ ਮੋਟਾ ਦੱਸਾਂ ਵੀ ਕੈਰਾਟਿਨ ਕਰਨਾ ਪੈਣਾ, ਕੈਰਾਟਿਨ, ਅਤੇ ਕੈਰਾਟਿਨ ਕਰਨ ਦੇ ਵਿੱਚ ਟਾਈਮ ਲੱਗ ਗਿਆ, ਅਤੇ ਅਮਨ ਆਪਣੇ ਜਿਹੜੇ ਅਮਨ ਹੋਰ, ਇਸ ਤੋਂ ਇਲਾਵਾ ਸਪੈਸੀਫਿਕ ਕੁਝ, ਅਤੇ ਟਾਈਮ ਮੈਂ ਲੇਟ ਹੋ ਗਿਆ, ਮੈਂ ਨਹਾਉਣਾ ਵੀ ਆ, ਅਤੇ ਮੈਂ ਕਿਹਾ ਪਹਿਲਾਂ ਕੇਕ ਲਿਆਵਾਂ, ਔਰ ਇੱਕ ਹੋਰ ਚੀਜ਼ ਲਿਆਉਣੀ, ਉਹ ਵੀ ਬਾਅਦ 'ਚ ਕਰਦੀ, ਪਹਿਲਾਂ ਕੇਕ ਲੈ ਗਏ, ਠੀਕ ਹੈ, ਅਤੇ ਉਸ ਤੋਂ ਬਾਅਦ ਹੀ ਫਿਰ ਦੱਸੋ, ਕਿਉਂਕਿ ਜਾਣ ਪਿਆ ਤਾਂ ਬੰਦਾ ਉਹਦੀ ਕੈਚ ਕਰਨਾ ਸਾਰਾ ਵਲੌਗ, ਟਾਈਮ ਪਤਾ ਨਹੀਂ ਲੱਗੇ ਕਿ ਨਾ। ਫਸਟ ਆਫ ਆਲ ਆਹ ਦੇਖੋ ਤੁਸੀਂ, ਠੀਕ ਹੈ, ਇਹ ਕੀ ਹੋਇਆ ਵਾ, ਕੇਕ ਮੈਂ ਸਾਰਾ ਕੁਝ ਚੂਜ਼ ਕਰ ਲਿਆ ਜਲਦੀਆਂ ਜਲਦੀਆਂ 'ਚ, ਗਲਤੀ ਕੀ ਹੋਈ ਸਾਡੇ ਕੋਲੋਂ, ਹੈਂ, ਆਪ ਰੱਬ ਕਲਿਆਣ ਪਾਹੀਗਾ, ਅਤੇ ਕਲਿਆਣ ਗਲਤ ਪੈ ਗਿਆ, ਆਪ ਰੱਬ ਕਲਿਆਣ ਪਾਹੀਗਾ, ਅਤੇ ਇਹਨੂੰ ਹੁਣ ਚੱਕ ਕੇ ਹੀ ਬੜੀ ਸੇਫਟੀ ਨਾਲ ਇਹਨੂੰ ਸੈਡ, ਇਹਨੂੰ ਜ਼ਿਆਦਾ, ਅਤੇ ਉਹ ਹੁਣ ਉਹ ਲਵਾਵਾਂਗੇ ਸਹੀ ਵਾਲਾ, ਇਹ ਹੋ ਗਈ ਸਾਡੇ ਕੋਲ ਮਿਸਟੇਕ, ਲਿਖਣ ਵਾਲੀ ਤੋਂ ਹੋਈ ਆ, ਉਹਨੂੰ ਸਪੈਲਿੰਗ ਤਾਂ ਕਲਿਆਣ ਦੀ ਦੱਸੀ, ਉਹਨੇ ਕਲੇ ਵਾਲ ਪਾਤਾ, ਚਲੋ ਜੋ ਵੀ ਹੋਇਆ, ਜਿਵੇਂ ਵੀ ਹੋਇਆ ਸੈਟ ਹੋ ਗਿਆ, ਚਲੋ ਫਿਰ ਵੀ ਔਨ ਦਾ ਸਪੋਟ ਪਤਾ ਲੱਗ ਗਿਆ, ਉੱਥੇ ਜਾ ਕੇ ਨਹੀਂ ਗਲਤੀ, ਤੂੰ ਆਪਦਾ ਨਾਂ ਦੱਸੀ, ਹੈਪੀ ਹੈਪੀ ਮੁੰਡੇ ਨੇ ਸਾਨੂੰ ਲਿਖ ਕੇ ਦਿੱਤਾ, ਹੁਣ ਆਹ ਫਾਈਨਲ ਜਿਹੜਾ ਆਹ ਮੈਂ ਕੀਤਾ ਡਨ, ਕਲਿਆਣ ਸਾਹਿਬ ਵਿਦ ਹਾਰਟ, ਚਲੋ ਜੀ, ਸੋ ਸੋਰੀ ਲੇਟ ਬਹੁਤ ਹੋ ਗਏ, ਫੋਨ ਆਉਣ ਲੱਗ ਪਏ ਘਰੋਂ, ਫਿਰ ਮਿਲਦੇ। ਹਾਂਜੀ ਪਹਿਲਾਂ ਤਾਂ ਦੱਸਾਂ ਤੁਹਾਨੂੰ ਜਲਦੀਆਂ 'ਚ, ਘਰ ਪਹੁੰਚ ਚੁੱਕੇ ਹਾਂ, ਤੁਸੀਂ ਦੇਖ ਹੀ ਸਕਦੇ ਹਾਂ, ਤਿਆਰ ਹੋ ਗਿਆ ਬਹੁਤ ਜਲਦੀਆਂ 'ਚ, ਕੰਮ ਕੁੰਮ ਸਾਰਾ ਕੁਝ ਕੰਪਲੀਟ ਕਰਕੇ, ਠੀਕ ਹੈ, ਹੁਣ ਪ੍ਰਭ ਪਹਿਲਾਂ ਤਾਂ ਇਹਦਾ ਜਨਮ ਦਿਨ ਆ, ਤੁਸੀਂ ਸਾਰੇ ਹੈਪੀ ਬਰਥਡੇ ਬੋਲ, ਠੀਕ ਹੈ, ਅਤੇ
ਹਾਏ ਕਰਦੇ ਹਾਏ ਤੇ ਥੈਂਕ ਯੂ ਵੀ ਕਰਦੇ ਜਿਨ੍ਹਾਂ ਨੇ ਤੇਰੇ ਨਾਲ ਅੱਜ ਜੁੜੇ ਆ ਥੈਂਕ ਯੂ ਅਤੇ ਹੁਣ ਅਸੀਂ ਚੱਲੇ ਹਾਂ ਕੰਮ ਜ਼ਰੂਰੀ ਨਹੀਂ ਕਰਕੇ ਵੀ ਜਾਣਾ ਪੈਣਾ ਅਤੇ ਵਿਹਲੇ ਪਵਾਂਗੇ ਕੰਮ ਸਾਨੂੰ ਫਿਰ ਵੀ ਕਰਨਾ ਪੈਣਾ ਵਾਟਰ ਕੂਲਰ ਲੈਣ ਚੱਲੇ ਪਾਣੀ ਵਾਲੇ ਔਰ ਆ ਕੇ ਜਲਦੀ ਜਲਦੀ ਬੈਠਾਂਗੇ ਬੰਦਗੀ ਸ਼ੁਰੂ ਹੋ ਗਈ ਖੈਰ ਮਿਲਦੇ ਹਾਂ ਚਰਚ ਤੋਂ ਜਾ ਕੇ ਠੀਕ ਆ ਕੰਮ ਵੀ ਆ ਨਹੀਂ ਕਿ ਕਈ ਵਿਹਲੇ ਬਹਿ ਕੇ ਜਾਂ ਬਹਿ ਜਾਂਗੇ ਖਰਾਬ ਸਟੇ ਨਹੀਂ ਕਰ ਸਕਦੇ ਕੰਮ ਵੀ ਆ ਸਾਰੇ ਪਾਸੇ ਭੱਜਣਾ ਭੁੱਜਣਾ ਠੀਕ ਆ ਨੋਨ ਸਟੋਪ ਅਤੇ ਬਣੇ ਰਹੋ ਇਸ ਤੋਂ ਬਾਅਦ ਚਰਚ ਤੋਂ ਵਾਟਰ ਕੂਲਰ ਖਾਲੀ ਦੇ ਕੇ ਉੱਥੋਂ ਭਰ ਕੇ ਲੈ ਕੇ ਆਉਣੇ ਠੀਕ ਆ ਅਤੇ ਆ ਜਾਓ ਚੱਲ ਪਹਿਲਾਂ ਪਹੁੰਚ ਚੁੱਕੇ ਆ ਠੀਕ ਆ ਚਰਚ ਔਰ ਵਾਟਰ ਕੂਲਰ ਚੱਕੀਏ ਖਾਲੀ ਇੱਥੋਂ ਕਿਉਂਕਿ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਕੰਮ ਵਾਲੇ ਉਹਨਾਂ ਨੇ ਸਾਨੂੰ ਕਿਹਾ ਸੀ ਅਤੇ ਆਹ ਪਏ ਵਾਟਰ ਕੂਲਰ ਲੈ ਕੇ ਚੱਲਦੇ ਹਾਂ ਜਲਦੀਆਂ 'ਚ ਔਰ ਬਾਕੀ ਤੁਹਾਨੂੰ ਪਤਾ ਹੀ ਹੈ ਇਸ ਤੋਂ ਬਾਅਦ ਅਸੀਂ ਕਰਨਾ ਵਾ ਬੈਠਾਂਗੇ ਹਾਂ ਪਹਿਲੀ ਗੱਲ ਤਾਂ ਮੀਟਿੰਗ ਆ ਚਰਚ ਬੰਦਗੀ ਆ ਠੀਕ ਆ ਅਤੇ ਉਸ ਤੋਂ ਇਲਾਵਾ ਕੋਈ ਸਪੈਸੀਫਿਕ ਹੋਇਆ ਤਾਂ ਤੁਹਾਨੂੰ ਦੱਸੂੰਗਾ ਪਹਿਲਾਂ ਆਹ ਕੰਮ ਜਿਹੜੇ ਸਾਡੇ ਆ ਜਨਮਦਿਨ ਵਾਲਾ ਮੁੰਡਾ ਆਪ ਸਾਡੇ ਨਾਲ ਹੋਇਆ ਪਿਆ ਸਾਡੇ ਜਨਮਦਿਨ ਕੁਝ ਕੁ ਦਿਨਾਂ 'ਤੇ ਫਰਕ ਆ ਲਿਆ ਅਤੇ ਕੁਝ ਕੁ ਦਿਨਾਂ 'ਤੇ ਫਰਕ ਆ ਇਹਨਾਂ 'ਚ ਵੇਖ ਲਓ ਬੜੀ ਭਾਰੀ ਆ ਜੀ ਬਾਹਰ ਕੱਢ ਕੇ ਜਿੰਦਾ ਲਾਉਣਾ ਮਿਲਦੇ ਇਸ ਤੋਂ ਬਾਅਦ ਅਤੇ ਆਹ ਵੇਖ ਲਓ ਪਾਣੀ ਲੈ ਚੱਲੇ ਹਾਂ ਹਾਂ ਇਹ ਮੈਂ ਕਿਸੇ ਦਿਨ ਸਪੈਸ਼ਲ ਪਾ ਦੂੰਗਾ ਠੀਕ ਆ ਅਤੇ ਆਹ ਚੱਲੀ ਜਾਂਦਾ ਕੰਮ ਪਾਣੀ ਤਾਂ ਹੁਣ ਜਾਂਦੇ ਪਏ ਅਸੀਂ ਦੁੱਧ ਲੈਣ ਠੀਕ ਆ ਪਾਣੀ ਵਾਲਾ ਕੰਮ ਕਰ ਰਹੇ ਹਾਂ ਜਲਦੀਆਂ 'ਚ ਹਨੇਰਾ ਹੋਣ ਵਾਲਾ ਹੋ ਗਿਆ ਵੇਖ ਲਓ ਟਾਈਮ ਸੀਗਾ ਅਤੇ ਕਰਕੇ ਨਾ ਆਈ ਥਿੰਕ ਇਹ ਲਾਸਟ ਹੋਣਾ ਚਾਹੀਦਾ ਇਸ ਤੋਂ ਬਾਅਦ ਤਾਂ ਵੇਖਾਂਗੇ ਕੇਕ ਖੋਲ ਲਿਆ ਵਾ ਠੀਕ ਆ ਸਹੀ ਦੱਸਣਾ ਟਾਈਮ ਹੈ ਨਹੀਂ ਮੇਰੇ ਕੋਲ ਮੈਂ ਕਿਵੇਂ ਵਿਖਾਵਾਂ ਸਾਰੇ ਜਣੇ ਬੈਠੇ ਆ ਔਰ ਬੰਦਗੀ ਸੁਣ ਕਰਕੇ ਸਾਰੇ ਫੈਮਿਲੀ ਔਰ ਨੇਬਰਸ ਆਏ ਆ ਠੀਕ ਆ ਤਾਂ ਪਹਿਲਾਂ ਕੇਕ ਵੇਖ ਲਓ ਔਰ ਗਿਫਟ ਵੀ ਵਿਖਾਉਣਾ ਤੁਹਾਨੂੰ ਇਹਦੇ ਨਾਲ ਨਾਲ ਤਾਂ ਨਹੀਂ ਐਂਡ 'ਤੇ ਵਿਖਾਊਂਗਾ ਪਹਿਲਾਂ ਕੇਕ ਵੇਖ ਲਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਾਚਾ ਜੀ ਆਓ ਪਵਿੱਤਰ ਚਾਚਾ ਜਾ ਮੰਮਾ ਜਾ ਮੰਮੀ ਚਲੋ ਮੰਮੀ ਖਿੱਚ ਕੇ
Happy birthday. Happy birthday to you. Happy birthday to you. ਨਹੀਂ ਤੂੰ ਚੱਲਣ ਦੇ ਜਿਹੜਾ ਚੱਲਦਾ ਮੈਡੂ ਅੱਖਾਂ ਜਾਗਦੀਆਂ ਉਹਦੀਆਂ ਅੱਖਾਂ ਜਾਗਦੀਆਂ ਹੋ ਗਏ ਆਪਾਂ ਰੱਖੇ ਸਾਰੇ ਕੀ ਖਵਾ ਕੁੜੀ ਨੂੰ ਯਾਰ ਤੂੰ ਪੈ ਕਾ ਤੂੰ ਹਟਦਾ ਕੀ ਖਵਾ ਰਿਲੇਟਿਵਸ ਆਪਣੇ ਠੀਕ ਹੈ ਉਹਨਾਂ ਦੇ ਇਹ ਉਹਦੇ ਤੇ ਜੈਲ ਲੱਗੀ ਹੋਈ ਆ ਉਹ ਲਾ ਲਓ ਤਾਂ ਅਨਬੋਕਸਿੰਗ ਹੋ ਰਹੀ ਗਿਫਟਾਂ ਦੀ ਪਰ ਹੋ ਰਹੀ ਆ ਮੰਮੀ ਵੱਲੋਂ ਰੱਬ ਦੇ ਆ ਇੱਕ ਨਿਕਲਿਆ ਕੰਪ ਕਿੱਦਾਂ ਦਾ ਲੱਗਾ ਠੀਕ ਹੈ ਕੰਪ ਨਿਕਲਿਆ ਸਾਨੂੰ ਹੈਪੀ ਬਰਥਡੇ ਟੂ ਯੂ ਕਹਿਣਗੇ ਧੰਨਵਾਦ ਧੰਨਵਾਦ ਆ ਕੇ
ਨਾ ਵੀ ਦੱਸ ਨਾ ਦੱਸ ਸ਼੍ਰਵਣ ਬੈਠੇ ਆ ਇੱਧਰ ਦਾਦੀ ਰੋਟੀ ਖਾਂਦੇ ਪਏ ਆ ਸਾਰੇ ਰੋਟੀ ਖਾ ਰਹੇ ਠੀਕ ਆ ਬਾਏ ਕਰ ਦੋ ਬਾਏ ਹਾਂ ਹਾਂਜੀ ਸਵਾਗਤ ਆ ਆਈ ਥਿੰਕ ਤੁਸੀਂ ਵੇਖ ਸਕੋ ਕਿ ਗਿਫਟ ਅਸੀਂ ਗੁਰੂ ਦੇਵ ਦੇ ਅਤੇ ਤੁਹਾਨੂੰ ਖਾਦਾ ਇੱਕ ਗਿਫਟ ਰਹਿ ਗਿਆ ਸੋਰੀ ਉਹ ਕੀ ਸੀਗਾ ਬਾਈ ਮੈਂ ਤੁਹਾਨੂੰ ਫੋਨ ਦਿੱਤਾ ਮੈਂ ਕਿਹਾ ਸ਼ੂਟ ਕਰ ਲਈ ਅਤੇ ਬਿਨਾਂ ਸ਼ੂਟ ਸ਼ੁਰੂ ਕੀਤੇ ਤਾਂ ਵੀਡੀਓ ਪਾਉਣੀ ਸ਼ੁਰੂ ਕਰਤੀ ਅਤੇ ਜਦੋਂ ਮੈਂ ਫਾਈਨਲ ਸਾਰਾ ਖੋਲ੍ਹ ਕੇ ਤੁਹਾਨੂੰ ਗੱਲਾਂ ਬਾਤਾਂ ਕਰਕੇ ਮੈਂ ਠੀਕ ਆ ਵੀਰੇ ਦੇ ਦਿਉ ਵੇਖਿਆ ਵੀਡੀਓ ਵੀ ਉਹਨੇ ਬਣਾਈ ਅਤੇ ਫਿਰ ਤੁਹਾਨੂੰ ਪਤਾ ਸਾਰਿਆਂ ਦੀ ਸੇਵਾ ਕਰਨੀ ਰੋਟੀ ਪਾਣੀ ਕਰਾਉਣਾ ਸੀ ਸਭ ਕੁਛ ਮੈਂ ਕਿਹਾ ਚੱਲ ਰਹਿਣ ਤੋਂ ਯਾਰ ਕੋਈ ਨਹੀਂ ਜਦੋਂ ਨਹੀਂ ਸ਼ੂਟ ਹੋ ਸਕਿਆ ਮੂਮੈਂਟ ਰਹਿਣ ਦਿੰਦੀ ਕਹਿੰਦਾ ਰਿਪੀਟ ਕਰਦਾ ਮੈਂ ਕਿਹਾ ਰਿਪੀਟ ਨਹੀਂ ਜੋ ਫਸਟ ਟਾਈਮ ਹੋ ਹੀ ਰਹੂਗਾ ਰੱਬ ਛੱਡ ਚੱਲਾ ਵਾ ਹੁਣ ਮੈਨੂੰ ਠੀਕ ਆ ਚੱਲਦੇ ਹਾਂ ਕਿੱਦਾਂ ਦਾ ਲੱਗਾ ਔਰ ਮੂਮੈਂਟ ਕੈਪਚਰ ਹੋਏ ਅਤੇ ਇੱਦਾਂ ਹੀ ਹੁੰਦਾ ਤੁਹਾਨੂੰ ਪਤਾ ਆਪਣੇ ਘਰ ਆ ਕੋਈ ਵੀ ਵੱਖਰੀ ਚੀਜ਼ ਨਹੀਂ ਜਾਂ ਕਹਿ ਦਈਏ ਵੀ ਕੋਈ ਹੋਰ ਲਹਿਦਾ ਕੁਝ ਹੋਵੇ ਇੱਦਾਂ ਹੀ ਇੰਜੋਇਮੈਂਟ ਹੁੰਦਾ ਵਾ ਮਸਤੀ ਹੁੰਦੀ ਆ ਚੌਂਕ ਬਣਾ ਪੈਂਦਾ ਵਾ ਕਿਤੇ ਵਜੂ ਬਣਾ ਕੇ ਅਤੇ ਇੰਨੇ ਇੰਜੋਏ ਦਾ ਹਰ ਇੱਕ ਪਲ ਨੂੰ ਮਸਤ ਹੁਣ ਚੱਲਾਂ ਘਰੇ ਸਾਹਿਲ ਹੋਣੀ ਗਏ ਇਸ ਲਈ ਮੰਮੀ ਵੀ ਅਤੇ ਉਹ ਪਹੁੰਚ ਗਈ ਪਹਿਲਾਂ ਹੀ ਮੈਂ ਰੋਟੀ ਖਾ ਰਹੀ ਹੁੰਦਾ ਮੈਂ ਕਿਹਾ ਚੱਲ ਹੁਣ ਮੰਮੂ ਵੀ ਨਹੀਂ ਛੱਡ ਹੁੰਦਾ ਹੁਣ ਚੱਲਦੇ ਹਾਂ ਸੋਨੇ ਰੈਸਟ ਕਰਦੇ ਮਿਲਾਂਗੇ ਕੱਲ੍ਹ ਫਿਰ ਕਿਸੇ ਨਾਲ ਬੁਲਾਉਣ ਅਤੇ ਕਰਾਂਗੇ ਅਗਲੀਆਂ ਗੱਲਾਂ ਬਾਤਾਂ ਥੈਂਕ ਯੂ ਸੋ ਮਚ ਅਤੇ ਫਿਰ ਇੱਕ ਵਾਰੀ ਹੈਪੀ ਬਰਥਡੇ ਰੱਬ ਨੂੰ ਥੈਂਕ ਯੂ ਵੀਰੇ ਅਤੇ ਚੱਲਦੇ ਹਾਂ ਫਿਰ ਅਗਲੇ ਵਾਰ